आदर्श नारायण है। कितने रहते हैं? आर्य नगर 8 नंबर है। राती की गल हुई सी? ओ मुंडे नु कहंदी सी तू इधर आ, मुंडा गया नहीं, मुंडे ने मुंडा काम ते सी। कौन कहंदी सी? मेरी नो कहंदी सी। अच्छा जी। ते मुंडे ने फोन नहीं चक्या, फिर मेरे फोन ते फोन करन लग गई, फिर दूजी दे नंबर तो फोन करन लग गई, मैं फोन चक्या नहीं। ओ मैं तो आपकी बेटी नु अचानक बुलाया सी। ਤੁਹਾਡਾ ਨੋ ਦਾ ਕੀ ਨਾਂ ਹੈ ਤੁਹਾਡੀ ਦਾ? ਜੋਤੀ। ਕਿੰਨਾ ਟਾਈਮ ਹੋ ਗਿਆ ਮੁੰਡੇ ਦੀ ਸ਼ਾਦੀ ਹੋਏ ਨੂੰ? 5 ਮਹੀਨੇ ਹੋ ਗਏ। 5 ਮਹੀਨਿਆਂ ਦੇ ਵਿੱਚ ਕਿੰਨੀ ਵਾਰੀ ਉਹਨੇ ਇਸ ਤਰ੍ਹਾਂ ਕੀਤਾ ਤੁਹਾਡੇ ਨਾਲ? ਉਹ ਪਹਿਲੇ ਤਾਂ ਜਿਵੇਂ ਆਉਂਦੀ ਜਾਂਦੀ ਰਹਿੰਦੀ ਨਹੀਂ ਸੀ, ਜਿਵੇਂ ਕਦੇ ਆ ਗਈ ਕਦੇ ਚਲੀ ਗਈ। ਹੁਣ 1.5 ਮਹੀਨੇ ਤੋਂ ਸਾਡੇ ਕੋਲ ਨਹੀਂ ਰਹਿੰਦੀ। ਰਾਤ ਕਿਸ ਕੁ ਵੇਲੇ ਆਈ ਸੀ ਤੁਹਾਡੇ ਕੋਲ? ਰਾਤੀ 10:30 ਵਜੇ ਆਈ ਸੀ। ਕਿੰਨੇ ਜਣੇ ਸੀ ਉਹ? ਉਹ 2 ਜਣੀਆਂ ਸੀ। 2 ਜਣੀਆਂ ਸੀਗੀਆਂ? ਹਾਂਜੀ। ਫਿਰ ਉਸ ਤੋਂ ਬਾਅਦ ਕੀ ਗੱਲ ਹੋਈ ਸੀ? ਉਹ ਗੇਟ ਤੇ ਆ ਗਿਆ, ਉਹਨਾਂ ਨੇ ਗੇਟ ਖੜਕਾਇਆ ਤੇ ਮੈਂ ਕਿਹਾ ਕੌਣ ਹੈ? ਉਹਨਾਂ ਨੇ ਗੇਟ ਬੋਲੀਆਂ ਨਹੀਂ ਅੱਗੋਂ। ਮੈਂ ਜਿਵੇਂ ਗੇਟ ਖੋਲਿਆ ਮੇਰੇ ਬੱਖੀ ਪੈਣ ਲੱਗ ਗਿਆ ਤੇ ਬੋਲਣ ਲੱਗ ਗਿਆ। ਬੋਲ ਬੱਖੀ ਪੈ ਕੇ ਫਿਰ ਭੱਜ ਕੇ ਬਾਹਰ ਨਿਕਲੀਆਂ। ਮੇਰੀ ਬੇਟੀ ਆਈ ਸੀ, ਉਹ ਅੰਦਰ ਬੈਠੀ ਸੀ, ਮੇਰਾ ਜਵਾਈ ਬੈਠਾ ਸੀ ਤੇ ਉਹ ਭੱਜ ਕੇ ਫਿਰ ਬਾਹਰ ਨਿਕਲੇ। ਗੇਟ ਮਾੜਾ ਜਿਹਾ ਪਵਾਇਆ ਹੋਇਆ ਸੀ, ਉਹ ਬਾਹਰ ਨਿਕਲੇ, ਉਹਨਾਂ ਨੇ ਫੜਿਆ ਅਤੇ ਉਹ ਵੱਜ ਕੇ ਸਾਰੀਆਂ ਗਲੀ ਵਿੱਚ ਆਏ। ਉਹ ਫਿਰ ਮੈਨੂੰ ਗਲੀ ਵਿੱਚ ਜਿਵੇਂ ਆ ਗਏ ਅਤੇ ਉਹ ਫਿਰ ਮੇਰੇ ਬੱਖੀ ਪੈ ਗਈ, ਬੱਖੀ ਪੈ ਗਈ, ਸਾਰਿਆਂ ਨੇ ਛੁਡਾਇਆ, ਸਾਰੇ ਛੁਡਾ ਕੇ ਮੈਂ ਇੱਕਦਮ ਡਿੱਗ ਪਈ। ਮੈਨੂੰ ਨਹੀਂ ਪਤਾ ਲੱਗਿਆ ਫਿਰ ਜਿਵੇਂ, ਅਤੇ ਉਹ ਜੋਤੀ ਨੇ ਫੜ ਕੇ ਨਾ ਮੇਰੇ ਆ ਵੇਖੋ ਤੁਸੀਂ ਇੱਥੇ ਜੂਥਰੇ ਮਾਰੇ ਸਾਰੇ ਆ, ਤੂੰ ਗਲੇ ਤੋਂ ਫੜਨ ਲੱਗੀ। ਫਿਰ ਮੇਰੇ ਨਾਲ ਉਹ ਰਿੰਕੂ ਨੇ ਪੇਟ 'ਚ ਲੱਤ ਮਾਰੀ। ਕੀ ਕੁਛ ਨਸ਼ਾ ਵਗੈਰਾ ਕੀਤਾ ਹੋਇਆ ਸੀ? ਉਹਨਾਂ ਨੇ ਸ਼ਰਾਬ ਸ਼ਰੂਬ ਪੀਤੀ ਹੋਈ ਸੀ, ਆ ਵੇਖੋ ਮੇਰੇ ਪੇਟ 'ਤੇ ਲੱਤ ਮਾਰੀ। ਇਹ ਪਹਿਲੇ ਵੀ ਸ਼ਰਾਬ ਪੀਂਦੀ ਸੀ ਕਿ ਹੁਣ? ਪਹਿਲੇ ਦਾ ਸਾਨੂੰ ਕੋਈ ਪਤਾ ਨਹੀਂ, ਆ 2-3 ਵਾਰੀ ਆਈ ਹੈ ਉਦੋਂ ਪੀਤੀ ਹੁੰਦੀ ਹੈ, ਪਹਿਲੇ ਦਾ ਸਾਨੂੰ। ਜਦੋਂ ਵੀ ਤੁਹਾਡੇ ਕੋਲ ਘਰ ਆਈਏ ਸ਼ਰਾਬ ਪੀ ਕੇ ਆਉਂਦੀ ਸੀ? 3 ਵਾਰੀ ਆ, ਹੁਣ 1.5 ਮਹੀਨੇ ਵਿੱਚ 2-3 ਵਾਰੀ ਆਈ ਹੈ ਸ਼ਰਾਬ ਪੀਤੀ ਹੁੰਦੀ ਸੀ। ਇਸ ਤੋਂ ਪਹਿਲੇ ਵੀ ਕਦੇ ਉਹਨੇ ਤੁਹਾਡੇ ਨਾਲ ਝਗੜਾ ਕੀਤਾ? ਝਗੜਾ ਝੁਗੜਾ ਉਦੋਂ ਤਾਂ ਕੋਈ ਨਹੀਂ ਆ, ਬਸ ਉਹ ਕਹਿੰਦੀ ਸੀ ਮੈਂ ਨਹੀਂ ਜਾਂਦੀ, ਮੈਂ ਨਹੀਂ ਰਹਿਣਾ, ਮੈਂ ਇੱਥੇ ਨਹੀਂ ਰਹਿਣਾ, ਮੈਂ ਅਲੱਗ ਰਹਿਣਾ। ਮੁੰਡਾ ਕਹਿੰਦਾ ਸੀ ਮੈਂ ਆਪਦੀ ਮਾਂ ਕਿਵੇਂ ਛੱਡ ਦੇਵਾਂ, ਮੇਰਾ ਪਿਓ ਸਿਰ 'ਤੇ ਆ ਨਹੀਂਗਾ। ਹੁਣ ਕਿੱਥੇ ਰਹਿ ਰਹੀ ਹੈ? ਹੁਣ ਪਤਾ ਨਹੀਂ, ਉਹ ਇੱਥੇ ਹੀ ਰਹਿੰਦੀ ਪਈ ਹੈ। ਲੜਕੇ ਦੀ ਮੈਰਿਜ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਜੀ? 20 ਅਕਤੂਬਰ ਨੂੰ ਹੋਈ ਸੀ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਇਸ਼ਾਨ ਜੀ। ਕਿੱਥੇ ਰਹਿੰਦੇ ਜੀ? ਨਹੀਂ ਆਬਾਦੀ ਗਰੀ ਨੰਬਰ 8 ਜੀ, ਵੱਡੀ ਪੌੜੀ। ਕੀ ਵਾਕਿਆ ਹੋਇਆ ਨਾ? ਕੁਛ ਨਹੀਂ ਸਰ, ਮੈਂ ਤਾਂ ਆਪਣੀ ਜੋਬ 'ਤੇ ਗਿਆ ਹੋਇਆ ਸੀਗਾ, 4 ਮਹੀਨੇ ਮੇਰੇ ਵਿਆਹ ਨੂੰ ਹੋਇਆ ਜੀ, ਠੀਕ ਹੈ ਜੀ, 2.5 ਕੁ ਮਹੀਨੇ ਇੱਧਰ ਰਹੀ ਹੈ ਮੇਰੀ ਵਾਈਫ, ਉਸ ਤੋਂ ਬਾਅਦ ਉਹ ਆਪਣੇ ਪੇਕੇ ਚਲੀ ਗਈ ਅਤੇ ਮੈਂ ਆਪਣੇ ਕੰਮ 'ਤੇ ਸੀਗਾ ਅਤੇ ਮੈਨੂੰ ਘਰੋਂ ਫੋਨ ਆਇਆ ਵੀ ਉਹ ਆਈ ਹੈ, ਆ ਕੇ ਹੱਥਾਪਾਈ ਕਰਨ ਲੱਗ ਗਈ ਮੇਰੀ ਮਾਤਾ ਨਾਲ, ਠੀਕ ਹੈ ਜੀ। ਗਲੀ ਵਾਲਿਆਂ ਨੇ ਮੈਨੂੰ ਦੱਸਿਆ ਕਿ ਉਹ ਜਦੋਂ ਆਈ ਹੈ 2 ਜਣੀਆਂ ਸੀਗੀਆਂ, ਫੁੱਲ ਡਰਿੰਕਡ ਸੀਗੀਆਂ ਉਹ, ਠੀਕ ਹੈ, ਆਉਂਦੇ ਹੀ ਮੰਮੀ ਨਾਲ ਹੱਥਾਪਾਈ ਹੋ ਗਈਆਂ। ਇਸ ਤੋਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਵਾਕਿਆ ਹੋਇਆ? ਹਾਂਜੀ, 1 ਵਾਰੀ ਆਈ ਸੀ ਉਸ ਤੋਂ ਪਹਿਲਾਂ ਵੀ, ਪਰ ਉਦੋਂ ਬੋਲ ਕੇ ਚਲੀ ਗਈ ਸੀ ਉਹ। ਕੀ ਉਹ ਤੁਹਾਡੇ ਨਾਲ ਨਹੀਂ ਰਹਿ ਰਹੀ? ਨਹੀਂ, ਨਾਲ ਨਹੀਂ ਰਹਿ ਰਹੀ, ਮੈਨੂੰ ਫੋਰਸ ਕਰਦੀ ਆ ਵੀ ਤੂੰ ਆਪਦੀ ਮਾਤਾ ਨੂੰ ਛੱਡ ਦੇ, ਆਪਦੀ ਪ੍ਰੋਪਰਟੀ ਵੇਚ ਕੇ ਮੇਰੇ ਨਾਲ ਰੈਂਟ 'ਤੇ ਰਹਿ। ਹੁਣ ਉਹ ਕਿੱਥੇ ਰਹਿ ਰਹੀ ਹੈ? ਹੁਣ ਉਹ ਆਪਣੇ ਪੇਕੇ ਰਹਿ ਰਹੀ ਹੈ ਜੀ। ਪੇਕੇ ਕਿਹੜੀ ਜਗ੍ਹਾ 'ਤੇ? 5 ਮਿੰਟ ਟਿੱਬਾ ਜੀ। ਤੁਸੀਂ ਇਸ ਬਾਰੇ ਪਹਿਲੇ ਕੋਈ ਪੁਲਿਸ ਕੰਪਲੇਂਟ ਕੀਤੀ ਵੀ ਆ ਕੇ ਝਗੜਾ ਕਰਦੀ ਤੁਹਾਡੇ? ਨਹੀਂ ਜੀ, ਪਹਿਲਾਂ ਕੋਈ ਨਹੀਂ ਕੰਪਲੇਂਟ ਕੀਤੀ, ਅਸੀਂ ਤਾਂ ਇਹੀ ਸੋਚਦੇ ਸੀ ਕਿ ਚਲੋ ਸਮਝ ਜਾਏਗੀ ਕੋਈ ਗੱਲ ਨਹੀਂ, ਪਰ ਉਹ ਨਹੀਂ ਸਮਝਣਾ ਜੀ। ਹੁਣ ਤੁਸੀਂ ਕੀ ਚਾਹੁੰਦੇ ਜੀ? ਮੈਂ ਤਾਂ ਇਹੀ ਚਾਹੁੰਦਾ ਜੀ ਕੱਲ੍ਹ ਨੂੰ ਕੋਈ ਮੇਰੀ ਮਾਤਾ 'ਤੇ ਜੰਨੀ ਹਮਲਾ ਹੁੰਦਾ, ਉਸਦੀ ਜ਼ਿੰਮੇਵਾਰ ਉਹੀ ਹੋਏਗੀ। ਸਰ, ਜਿਹੜੀ ਅੱਜ ਜਿਹੜੀ ਮਾਮਲਾ ਸੀਗਾ, ਕੀ ਮਾਮਲਾ ਕੀ ਸੀ ਸਰ? ਇਹਦੇ 'ਚ ਨਾ ਇੱਕ ਦਰਸ਼ਨਾ ਰਾਣੀ ਪਤਨੀ ਓਮ ਪ੍ਰਕਾਸ਼ ਪੁੱਤਰ ਲਾਲ ਚੰਦ ਵਾਸੀ ਗਲੀ ਨੰਬਰ 8 ਆਰੀਆ ਨਗਰ ਹਬੋਰ, ਉਮਰ ਕਰੀਬ 54 ਸਾਲ, ਦੀ MLR ਥਾਣਾ ਮਸੂਲ ਹੋਣ 'ਤੇ ਮੈਂ ਸਿਵਲ ਹੋਸਪਿਟਲ ਜਾ ਕੇ ਉਹਦੇ ਬਿਆਨ ਕਲਮਬੱਧ ਕੀਤੇ ਆ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਸਰ, ਕਹਿੰਦੇ ਦਾਰੂ ਵੀ ਪੀ ਰਹੀ ਸੀ ਲੜਕੀ ਕੋਈ ਨੋ ਉਹਨਾਂ ਦੀ? ਇਹ ਜੀ ਤਪਤੀ, ਇਹ ਅੰਡਰ ਇਨਵੈਸਟੀਗੇਸ਼ਨ ਹੈ, ਜੋ ਇਨਵੈਸਟੀਗੇਸ਼ਨ ਕਰਾਂਗੇ ਬਾਅਦ 'ਚ ਪਤਾ ਲੱਗੂਗਾ। ਸਰ, ਜਾਂਚ ਜਾਰੀ? ਬਿਲਕੁਲ ਜਾਂਚ ਜਾਰੀ ਹੈ ਜੀ।